ਬਠਿੰਡਾ ਦੇ ਬੀੜ ਤਲਾਬ ਬਸਤੀ ਦੇ ਵਿੱਚ ਸ਼ਰਿਆਮ ਵਿਕ ਰਿਹਾ ਹੈ ਚਿੱਟਾ। ਵੇਖੋ ਕਿਵੇਂ ਇੱਕ ਮਹਿਲਾ ਦਿਨ ਦਿਹਾੜੇ ਵੇਚ ਰਹੀ ਹੈ ਮੌਤ ਦਾ ਸਮਾਂ। ਇਹ ਤਸਵੀਰ ਬਠਿੰਡਾ ਦੇ ਬੀੜ ਤਲਾਬ ਬਸਤੀ ਦੀ ਹੈ। ਜੀ ਹਾਂ, ਬੀੜ ਤਲਾਬ ਬਸਤੀ ਜਿੱਥੇ ਕਿ ਸ਼ਰਿਆਮ ਵਿਕ ਰਿਹਾ ਹੈ ਮੌਤ ਦਾ ਸਮਾਨ। ਜੀ ਹਾਂ, ਮੌਤ ਦਾ ਸਮਾਨ ਮਤਲਬ ਕਿ ਚਿੱਟਾ ਵਿਕ ਰਿਹਾ ਹੈ ਇਸ ਬਸਤੀ ਦੇ ਵਿੱਚ ਜਿਸਦਾ ਨਾਮ ਹੈ ਬੀੜ ਤਲਾਬ ਬਸਤੀ, ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਮਹਿਲਾ ਦਿਨ ਦਿਹਾੜੇ ਵੇਚ ਰਹੀ ਹੈ ਮੌਤ ਦਾ ਸਮਾਨ। ਇਸ ਇਲਾਕੇ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਨਸ਼ਿਆਂ ਦੀ ਸ਼ਰਿਆਮ ਵਿਕਰੀ ਹੁੰਦੀ ਹੈ, ਪਰ ਕਿਸੇ ਨੂੰ ਇਸ ਦੇ ਬਾਰੇ ਵਿੱਚ ਕੰਨੋ ਕੰਨ ਖਬਰ ਨਹੀਂ ਹੋਣ ਦਿੱਤੀ ਜਾਂਦੀ। ਪਰੰਤੂ ਇਸ ਦੇ ਨਾਲ ਹੀ ਇਸ ਦੇ ਮਾੜੇ ਪ੍ਰਭਾਵ ਵੀ ਪੈਣੇ ਸ਼ੁਰੂ ਹੋ ਚੁੱਕੇ ਨੇ ਲਗਾਤਾਰ, ਜਿੱਥੇ ਕਿ ਹੁਣ ਤੱਕ ਇਹਨਾਂ ਨਸ਼ਿਆਂ ਦੇ ਕਾਰਨ 2 ਹਫ਼ਤਿਆਂ ਦੇ ਅੰਦਰ ਅੰਦਰ, ਜੀ ਹਾਂ ਸਿਰਫ 2 ਹਫ਼ਤਿਆਂ ਦੇ ਅੰਦਰ ਅੰਦਰ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਤੇ ਇਹਨਾਂ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਨੌਜਵਾਨ ਹੀ ਸਨ, ਜਿਨ੍ਹਾਂ ਦੀ ਉਮਰ 17 ਤੋਂ ਲੈ ਕੇ 24 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਪਰੰਤੂ ਇੱਥੇ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਬਠਿੰਡਾ ਦੀ ਪੁਲਿਸ ਦੇ ਉੱਪਰ ਕਿ ਆਖਿਰ ਕੀ ਕਰ ਰਹੀ ਹੈ ਬਠਿੰਡਾ ਪੁਲਿਸ, ਕਿਉਂ ਨਹੀਂ ਕੀਤੀ ਜਾ ਰਹੀ ਇਹਨਾਂ ਨਸ਼ੇ ਦੇ ਸੌਦਾਗਰਾਂ ਦੇ ਉੱਪਰ ਕਿਸੇ ਵੀ ਪ੍ਰਕਾਰ ਦੀ ਕਾਰਵਾਈ, ਆਖਿਰ ਕਿਸ ਗੱਲ ਦਾ ਕੀਤਾ ਜਾ ਰਿਹਾ ਹੈ ਇੰਤਜ਼ਾਰ, ਪੰਜਾਬ ਦੀ ਜਵਾਨੀ ਆਖਿਰ ਆ ਕਿਹੜੇ ਰਾਹ 'ਤੇ ਪੈ ਗਈ ਹੈ, ਜਿੱਥੇ ਕਿ ਸ਼ਰਿਆਮ ਚਿੱਟਾ ਵਿਕਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਨਜ਼ਰ ਵੀ ਆ ਰਿਹਾ ਹੈ, ਤਾਂ ਫਿਰ ਆਖਿਰ ਇਹ ਪੁਲਿਸ ਪ੍ਰਸ਼ਾਸਨ ਨੂੰ ਦਿਖਾਈ ਕਿਉਂ ਨਹੀਂ ਦੇ ਰਿਹਾ। ਕੁਛ ਬੰਦਿਆਂ ਨੂੰ ਜਿਹੜਾ ਚਿੱਟਾ ਪ੍ਰੋਵਾਈਡ ਕਰਾ ਰਹੀ ਹੈ ਦੇ ਰਹੀ ਹੈ, ਕੀ ਮਾਮਲਾ ਕੀ ਹੈ ਜੀ, ਉਹ ਕੀ ਐਕਸ਼ਨ ਲਿਆ ਪੁਲਿਸ ਨੇ ਉਸ 'ਤੇ? ਉਹ ਵੀਡੀਓ ਦੇ ਸੰਬੰਧ 'ਚ ਅਸੀਂ ਉਹਦੇ ਉਹਨਾਂ ਦੇ ਘਰ ਰੇਡ ਕੀਤੀ ਸੀ, ਤਲਾਸ਼ੀ ਕੀਤੀ ਸੀਗੀ ਪ੍ਰਾਈਵੇਟ ਬੰਦਿਆਂ ਦੀ ਹਾਜ਼ਰੀ 'ਚ ਮੁਹੱਲੇ ਦੇ, ਪਰ ਉਹਨਾਂ ਦੇ ਘਰੋਂ ਨਹੀਂ ਕੁਛ ਮਿਲਿਆ। ਉਹਦੇ ਘਰ ਵਾਲਾ ਜਿਹੜਾ ਸਾਨੂੰ ਮਿਲਿਆ ਸੀ ਕੁਲਵੰਤ ਸਿੰਘ ਉਹਦਾ ਨਾਂ, ਉਸਦਾ ਅਸੀਂ ਡੋਪ ਟੈਸਟ ਕਰਵਾਇਆ, ਉਹ ਪੋਜ਼ਿਟਿਵ ਪਾਇਆ ਗਿਆ ਸੀਗਾ। ਉਹਦੇ ਅਗੇਂਸਟ ਅਸੀਂ ਕੇਸ ਐਫ ਆਈ ਆਰ ਨੰਬਰ 52 27 ND ਦੇ ਵਿੱਚ ਰਜਿਸਟਰ ਕਰਤਾ। ਉਸ ਬੰਦੇ ਤੋਂ ਮੈਂ ਖੁਦ ਵੀ ਪੂਰੀ ਡਿਟੇਲ ਨਾਲ ਪੁੱਛਗਿੱਛ ਕੀਤੀ ਹੈ, ਕੱਲ੍ਹ ਵੀ ਕੀਤੀ, ਅੱਜ ਵੀ ਕੀਤੀ ਹੈ। ਉਸ ਬੰਦੇ ਨੇ ਪੁੱਛਗਿੱਛ ਇਹ ਦੱਸਿਆ, ਕਹਿੰਦਾ ਵੀ ਮੈਂ ਨਸ਼ਾ ਕਰਦਾ, ਕੱਲ੍ਹ ਅਸੀਂ 3 ਜਣੇ ਕਿਸੇ ਥਾਂ ਤੋਂ ਲੈ ਕੇ ਆਏ ਸੀਗੇ ਥੋੜ੍ਹੀ ਮਾਤਰਾ ਵਿੱਚ ਚਿੱਟਾ। ਉਹ ਜਿਹੜੇ ਉਹਦੀ ਘਰ ਵਾਲੀ, ਉਹ ਕਹਿੰਦਾ ਵੀ ਮੈਨੂੰ ਨਸ਼ਾ ਕਰਨ ਤੋਂ ਰੋਕਦੀ ਹੈ। ਉਹਨੇ 2-3 ਵਾਰੀ ਕਹਿੰਦਾ ਮੈਂ ਇੱਥੇ ਸੈਂਟਰ ਦੇ ਵਿੱਚੋਂ ਡੀ ਐਡਿਕਸ਼ਨ ਤੋਂ ਕਹਿੰਦਾ ਮੈਂ ਦਵਾਈ ਵੀ ਲਿਆਂਦੀ ਨਸ਼ਾ ਛੱਡਣ ਲਈ। ਅਤੇ ਉਹਦੀ ਮਿਸਿਜ ਦੇ ਕਹਿੰਦਾ 1-2 ਵਾਰੀ ਮੇਰੇ ਖਿਲਾਫ਼ ਕੰਟਰੋਲ ਰੂਮ 'ਤੇ ਫੋਨ ਵੀ ਕੀਤਾ ਵੀ ਮੈਂ ਨਸ਼ੇ ਦੇ ਵਿੱਚ ਘਰ ਮਤਲਬ ਖਰਲ ਪਾਉਣਾ। ਅਤੇ ਉਹ ਜਿਹੜੇ ਬੰਦੇ ਉਹਦੇ ਨਾਲ ਨਸ਼ਾ ਲੈ ਕੇ ਆਏ ਸੀ ਕੱਲ੍ਹ 2, ਉਹਨਾਂ ਨੂੰ ਹੀ ਉਹਦੀ ਘਰ ਵਾਲੀ ਨੇ ਇਹਦੇ ਘਰੋਂ ਚੱਕ ਕੇ ਦੇਤਾ ਵੀ ਇਹ ਨਸ਼ਾ ਪੀ ਕੇ ਉਹਦੇ ਘਰ ਗੜਬੜ ਨਾ ਕਰੇ। ਜਿਹੜਾ ਉਹ ਅੰਦਰੋਂ ਫੜਾ ਰਹੀ ਹੈ ਮਤਲਬ ਉਹਨਾਂ ਨੂੰ ਦੇ ਰਹੀ ਹੈ, ਉਹ ਉਹੀ ਬੰਦੇ ਜਿਹੜੇ ਬੰਦਾ ਨੇ ਹੁਣ ਸਾਡੇ ਕੋਲ ਪੁੱਛ ਕੇ ਮੰਨਿਆ ਵੀ ਉਹ ਬੰਦਿਆਂ ਨੇ ਮੇਰੇ ਨਾਲ ਨਸ਼ਾ ਲਿਆਉਂਦਾ ਸੀ ਕੱਲ੍ਹ। ਅਤੇ ਉਹ ਜਨਾਨੀ ਨੇ ਇਹ ਸੋਚ ਕੇ ਵੀ ਇਹ ਘਰ ਕਰਕੇ ਨਸ਼ਾ ਵੀ ਕੁੱਟਮਾਰ ਕਰਦਾ, ਲੜਾਈ ਝਗੜਾ ਕਰਦਾ, ਉਹੀ ਨਾਲ ਦੇ ਬੰਦਿਆਂ ਨੂੰ ਨਸ਼ਾ ਦੇ ਦਿੱਤਾ ਕੱਲ੍ਹ। ਕਿੰਨੇ ਬੰਦਿਆਂ ਨਹੀਂ, ਅਸੀਂ ਹੁਣ ਇੱਕ ਫਿਲਹਾਲ ਤਾਂ ਇਹਦੇ 'ਤੇ ਦਿੱਤਾ, ਬਾਕੀ ਉਹ ਬੰਦਿਆਂ ਨੂੰ ਵੀ ਅਸੀਂ ਸ਼ਾਮਿਲ ਤਫਤੀਸ਼ ਕਰਾਂਗੇ। ਉਹ ਜੇ ਸਾਨੂੰ ਘਰ ਨਹੀਂ ਮਿਲੇ ਅਤੇ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਹਦੇ ਅਕੋਰਡਿੰਗਲੀ ਹੁਣ ਮੈਟ ਕਰ ਵੀ ਦਿੱਤੀ। ਸਰ ਕੀ ਕਾਰਨ ਕਿ ਉਹਨਾਂ ਲੱਗਦਾ ਨਸ਼ਾ ਚਲੋ ਵੇਚਦੇ ਸੀ ਜਾਂ ਖਰੀਦਦੇ ਸੀ, ਹੈ ਨਾ, ਉੱਚ ਅਧਿਕਾਰੀ ਨੇ ਕਿਹਾ SHO ਸੰਬੰਧਿਤ ਕਾਰਵਾਈ ਹੋਵੇਗੀ, ਕੀ ਲੱਗਦੇ ਨੇ ਜਵਾਬਦੇਹੀ ਹੈਗੇ SHO ਉੱਥੇ ਮੌਕੇ 'ਤੇ? ਨਹੀਂ, ਠੀਕ ਹੈ, SHO ਸਾਡੇ ਪੁਲਿਸ ਸਾਰੀ, ਅਸੀਂ 19 ਰੇਡਾਂ 1 ਮਹੀਨੇ ਦੇ ਵਿੱਚ ਕੀਤੀਆਂ, ਇੱਕ ਪਿਛਲੇ ਮਹੀਨੇ ਦੇ ਵਿੱਚ 19 ਰੇਡਸ ਜਗਦੀਆਂ ਹੋਈਆਂ ਇਕੱਲੀ ਬੀੜ ਤਲਾ ਬਸਤੀ, ਔਰ 6 ਬੰਦਿਆਂ ਨੂੰ ਅਰੈਸਟ ਕੀਤਾ, 3 ਮੁਕੱਦਮੇ ਦਰਜ ਹੋਏ ਆ। ਈਵਨ 1,13,000 ਰੁਪਇਆ ਅਸੀਂ ਕਰੰਸੀ ਨੋਟਸ ਵੀ ਬਰਾਮਦ ਕੀਤੇ ਕੇਸ ਦੇ ਵਿੱਚ, ਪੁਲਿਸ ਵੱਲੋਂ ਕੋਈ ਕਮੀ ਨਹੀਂ ਗੀ। SHO ਤਾਂ ਅਜੇ 3-4 ਦਿਨ ਪਹਿਲਾਂ ਹੀ ਆਇਆ, ਪਰ ਬੜੀ ਮਿਹਨਤ ਨਾਲ ਕੰਮ ਕਰ ਰਿਹਾ, ਸੈਮੀਨਾਰ ਕਰ ਰਿਹਾ ਸੀ ਡੇਲੀ, ਹਰੇਕ ਥਾਣੇ 'ਚ 2-2 ਸੈਮੀਨਾਰ ਹੋ ਰਿਹਾ। SHO ਜਿੱਦਣ ਦਾ ਆਇਆ ਡੇਲੀ 2-2 ਪਿੰਡਾਂ ਦੇ ਵਿੱਚ ਸੈਮੀਨਾਰ ਕਰ ਰਿਹਾ ਸਦਰ ਵਾਲਾ, ਸਾਰੇ ਜ਼ਿਲ੍ਹੇ 'ਚ ਹੀ ਸਾਡੇ, ਬਿਲਕੁਲ ਬਿਲਕੁਲ, ਸਾਡੇ ਸਾਰੇ ਜ਼ਿਲ੍ਹੇ 'ਚ SSP ਸਾਹਿਬ ਦੀਆਂ ਹਦਾਇਤਾਂ ਅਨੁਸਾਰ ਡਰੱਗਸ ਦੀ ਰੇਡ ਡੇਲੀ ਹਰ ਥਾਣੇ ਵੱਲੋਂ ਹੋ ਰਹੀ ਹੈ, ਔਰ ਕਾਰਵਾਈ ਵੀ ਹੋ ਰਹੀ ਹੈ, ਮੁਕੱਦਮੇ ਵੀ ਦਰਜ ਹੋ ਰਹੇ। ਔਰ ਸਾਡੇ ਵੱਲੋਂ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਡੀਡਿਕਟ ਕਰਨ ਲਈ ਮੋਟੀਵੇਟ ਵੀ ਕੀਤਾ ਜਾ ਰਿਹਾ ਸੈਮੀਨਾਰਾਂ ਦੇ ਵਿੱਚ।